भी दोस्तों को अपने फोन लाइए आई नहीं है यार, बहुत टाइम लाता बंदे ने। हेलो आ जाओ दोस्तों, कित्थे रह गए तुसीं? मैं थोड़ी वेट कर रहा हाँ, आ जाओ करा फिर। ठीक है आ जाओ करा, पहुंचो करा। ओके ओके ओके। कोई आ जाओ तंदरो, बहुत टाइम लाता, आ जाओ करा, नंगे होगा। हाँ आ जाओ। आ गए भाई, आ गए भाई। यार कुत्ते ही भौंकता है छोटा। ओ भाई कुत्ते दा भौंकनी है यार, भौंकण वास्ते रखा हुआ है। बाकी गल रही आप यार किसानी संघर्ष से गए हुए थे, घर की रखवाली है नहीं करिएगी। आ जाओ नालो बैठो यार, तुम आ जाओ करा। ओहो किवें मूंह जात्रे लगता गा भाई, संघर्ष तो आके घरे चीज नहीं लगता यार। यार ये तो है, उत्थे वाले नजारे तो यार वखरे सीगे यार। ਬਈ ਉੱਥੇ ਦੇਖ ਲਓ ਹਨਾ ਕਿੰਨਾ ਸਵਰਗ ਦਾ ਨਜ਼ਾਰਾ ਸੀਗਾ ਹਨਾ, ਸਾਰੇ ਇਕੱਠੇ ਰਹਿੰਦੇ ਇੱਕ ਥਾਂ ਤੇ, ਇੱਕ ਥਾਂ ਦੀ ਖਾਣਾ ਬਣਨਾ, ਇੱਕ ਥਾਂ ਦੀ ਪੈਣਾ ਆਪਾਂ ਸਾਰਿਆਂ ਨੇ ਹਨਾ, ਬਹੁਤ ਨਜ਼ਾਰਾ ਸੀ ਯਾਰ। ਸਾਰਿਆਂ ਦਾ ਇੰਨਾ ਪਿਆਰ ਸੀਗਾ, ਦੇਖ ਲਓ ਹਰ ਇੱਕ ਨੂੰ ਮਤਲਬ ਦਿਲੋਂ ਪਿਆਰ ਕਰਦੇ ਸੀਗੇ ਸਾਰੇ ਉੱਥੇ, ਜਿੰਨੇ ਵੀ ਭੈਣ ਭਾਈ ਸੰਘਰਸ਼ ਦੇ ਵਿੱਚ ਗਏ ਹੋਏ ਸੀਗੇ ਤਾਂ ਸਾਰੇ ਵਧੀਆ ਪਿਆਰ ਦੇ ਨਾਲ ਰਹਿੰਦੇ ਸੀਗੇ। ਸਹੀ ਗੱਲ ਆ ਬਾਈ, ਆਪਾਂ ਨੂੰ ਉੱਥੇ ਪਤਾ ਵੀ ਨਹੀਂ ਲੱਗਿਆ ਕਿਹੜਾ ਕਿਹੜੀ ਜਾਤ ਦਾ ਬੰਦਾ ਸੀਗਾ, ਇੱਥੇ ਤਾਂ ਆਪਾਂ ਨੂੰ ਸਰਕਾਰਾਂ ਨੇ ਉਹੀ ਉਲਝਾ ਰੱਖਿਆ ਗਾ। ਜਗਤਾਰ ਯਾਰ ਤੇਰੀ ਗੱਲ ਸਹੀ ਹੈਗੀ, ਜਿਵੇਂ ਆਪਾਂ ਮਤਲਬ ਕਿਸਾਨੀ ਸੰਘਰਸ਼ ਦੇ ਵਿੱਚ ਆਪਾਂ ਇੱਕ ਰੱਖਿਆ ਠੀਕ ਹੈ, ਉਵੇਂ ਇੱਕ ਆਪਾਂ ਆਪਣੇ ਪਿੰਡਾਂ ਦੇ ਵਿੱਚ ਆ ਕੇ ਉਸੇ ਤਰ੍ਹਾਂ ਹੀ ਬਰਕਰਾਰ ਰੱਖਣਾ ਗਾ। ਬਈ ਸਹੀ ਗੱਲ ਆ, ਆਪਾਂ ਪੂਰਾ ਬਰਕਰਾਰ ਰੱਖਾਂਗੇ ਇਸ ਚੀਜ਼ ਨੂੰ। ਆਪਾਂ ਮਤਲਬ ਜਿਹੜੇ ਨਹੀਂ ਗਏ ਹੈਗੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਵੀ ਇਹ ਚੀਜ਼ ਦੱਸਣੀ ਹੈਗੀ ਵੀ ਉੱਥੇ ਏਕੇ ਦੀ ਕਿਵੇਂ ਭਾਵਨਾ ਬਣੀ ਹੋਈ ਸੀ ਹਨਾ, ਕਿੰਨਾ ਪਿਆਰ ਸੀ ਆਪਸ ਦੇ ਵਿੱਚ। ਇਹ ਗੱਲ ਜ਼ਰੂਰੀ ਹੈ ਆਪਾਂ ਨੂੰ ਸਾਰਿਆਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ ਵੀ ਜੇ ਪਿੰਡਾਂ ਦੇ ਵਿੱਚ ਵੀ ਜਿਹੜਾ ਏਕਾ ਉਹ ਹਮੇਸ਼ਾ ਬਣਿਆ ਰਹੇ, ਪਿਆਰ ਬਣਿਆ ਰਹੇ। ਬਾਈ ਇਹ ਚੀਜ਼ ਤਾਂ ਹੈ, ਇੱਥੇ ਹੱਕ ਮਿਲਦੇ ਨਹੀਂ, ਹੱਕ ਤਾਂ ਲੈਣੇ ਪੈਂਦੇ ਨੇ। ਸਹੀ ਗੱਲ ਆ ਬਾਈ, ਜੇ ਆਪਾਂ ਘਰੇ ਬੈਠੇ ਰਹਿੰਦੇ ਪਤਾ ਰਗੜੇ ਜਾਣੇ ਸੀਗੇ। ਬਾਈ ਪਤਾ ਕੀ ਹੈ, ਧੱਕਾ ਤਾਂ ਹੈ ਹਰ ਕਿਸੇ ਨਾਲ ਹੁੰਦਾ ਗਾ, ਆਪਣੇ ਨਾਲ ਨਹੀਂ ਇਕੱਲੇ ਨਾਲ ਹੋਇਆ ਹੈਗਾ, ਇਹ ਹਰ ਵਰਗ ਦੇ ਨਾਲ ਧੱਕਾ ਹੁੰਦਾ ਗਾ। ਸਹੀ ਗੱਲ ਆ, ਇਹ ਤਾਂ ਆਪਣਾ ਏਕਾ ਬਣਿਆ ਹੋਇਆ ਸੀਗਾ, ਬਾਕੀ ਉਹ ਬਾਬੇ ਨਾਨਕ ਦੀ ਮਿਹਰ ਸੀ ਆਪਣੇ ਤੇ, ਠੀਕ ਹੈ, ਤਾਂ ਕਰਕੇ ਆਪਾਂ ਜੰਗ ਇਹ ਜਿੱਤ ਲਈ। ਸਹੀ ਗੱਲ ਆ ਬਾਈ, ਇਸ ਵਾਰ ਕੋਈ ਲੀਡਰ ਵੀ ਨਹੀਂ ਵਿਕਿਆ, ਜੇ ਕੋਈ ਲੀਡਰ ਵਿਕ ਜਾਂਦਾ ਆਪਾਂ ਰਗੜੇ ਜਾਣੇ। ਸਹੀ ਗੱਲ ਆ ਬਾਈ, ਐਂ ਕਿਵੇਂ ਵਿਕ ਜਾਂਦੇ ਲੀਡਰ? ਇਸ ਵਾਰ ਹਰੇਕ ਬੰਦਾ ਲੀਡਰ ਸੀਗਾ, ਸਾਰਿਆਂ ਨੂੰ ਹੀ ਆਪਣੇ ਹੱਕਾਂ ਬਾਰੇ ਪਤਾ ਸੀਗਾ। ਬਾਈ ਇੱਕ ਹੋਰ ਦੇਖ ਲਓ, ਸ਼ਰਾਰਤੀ ਅਨਸਰਾਂ ਨੇ ਨਾ ਬਹੁਤ ਕੋਸ਼ਿਸ਼ ਕੀਤੀ ਹਨਾ ਧਰਨੇ ਨੂੰ ਉਠਾਉਣ ਦੀ, ਵੀ ਕਿਵੇਂ ਨਾ ਕਿਵੇਂ ਧਰਨੇ ਨੂੰ ਬਦਨਾਮ ਕਰੀਏ ਉਠਾਈਏ, ਪਰ ਨਹੀਂ ਉਹ ਉਹਨਾਂ ਦੀ ਕੋਈ ਚਾਲ ਕਾਮਯਾਬ ਹੋਈ। ਸਹੀ ਗੱਲ, ਆਪਣਾ ਜਿਹੜੀ ਏਕਤਾ ਉਹ ਬਹੁਤ ਜ਼ਿਆਦਾ ਬਣੀ ਹੋਈ ਸੀਗੀ। ਸਹੀ ਗੱਲ ਆ ਬਾਈ। ਹੋਰ ਬਾਈ ਹੁਣ ਤਾਂ ਇੱਥੇ ਜੀਜੇ ਹੀ ਨਹੀਂ ਲੱਗ ਰਿਹਾ। ਬਾਈ ਆਪਣਾ ਜੀ ਤਾਂ ਇੱਕ ਬੰਦਾ ਹੀ ਲਵਾ ਸਕਦਾ ਗਾ। ਕਿਹੜਾ ਬਾਈ? ਅਮਲੀ, ਆਪਣਾ ਅਮਲੀ ਲਵੇ ਚੱਲਦੇ ਆਪਾਂ। ਠੀਕ ਹੈ ਠੀਕ ਹੈ, ਹਾਂ ਉਹਦੇ ਲਵੇ ਚੱਲਦੇ ਆਂ, ਸੁਣਦੇ ਆਂ ਗੱਲਾਂ ਬਾਤਾਂ, ਕੀ ਕਹਿੰਦਾ ਗਾ? ਚਲੋ ਚਲੋ ਬਾਈ ਫਿਰ, ਹਾਂ ਉਹਦੇ ਕੋਲ ਹੀ ਚੱਲਦੇ ਆਂ। ਠੀਕ ਹੈ ਠੀਕ ਹੈ, ਚਲੋ ਬਾਈ ਆ ਜਾਓ, ਬਾਈ ਆ ਜਾਓ ਫਿਰ ਚੱਲਦੇ ਆਂ। ਚਲੋ ਬਾਈ ਚਲੋ ਚਲੋ। ਓਏ ਗਾਣਾ ਸੁਣਦੇ ਆਂ ਵਧੀਆ ਜਾ, ਓਏ ਆ YouTube ਦੇ ਉੱਤੇ ਗਾਣਾ ਆਇਆ ਹੋਇਆ ਕਹਿੰਦਾ ਕਾਨੂੰਨ ਰੱਦ ਹੋਣ ਤੇ ਮਿਸਟਰ ਪੀ ਕੇ ਸਿੰਘ ਨੇ ਬਾਈ ਕੋਈ ਗਾਣਾ ਗਾਇਆ, ਸੁਣਦੇ ਆਂਗੇ। ਪਹਿਲੇ ਨੰਬਰ ਤੇ ਚੱਲ ਰਿਹਾ, ਸੁਣ ਕੇ ਦੇਖਦੇ ਆਂ ਕੀ ਕਹਿੰਦਾ। ਅੱਜ ਜਿੱਤ ਹੋਈ ਕਿਸਾਨਾਂ ਦੀ, ਬਈ ਹਾਰ ਹੋਈ ਬੇਈਮਾਨਾਂ ਦੀ, ਸਰਕਾਰ ਚੁਕਾ ਕੇ ਇਤਿਹਾਸ ਬਣਾ ਕੇ, ਅੱਜ ਸ਼ਾਂਤ ਖਾਲ ਦੇ ਖੂਨ ਹੋਈ ਮੇਰ ਬਾਬੇ ਨਾਨਕ ਦੀ, ਵਾਪਸ ਕਾਲੇ ਕਾਨੂੰਨ ਹੋਈ ਮੇਰ ਬਾਬੇ ਨਾਨਕ ਦੀ, ਵਾਪਸ ਕਾਲੇ ਕਾਨੂੰਨ ਹੋਈ ਮੇਰ ਬਾਬੇ ਨਾਨਕ ਦੀ, ਵਾਪਸ ਕਾਲੇ ਕਾਨੂੰਨ ਹੋਏ। ਅੰਨਦਾਤੇ ਨੂੰ ਰਵਾਉਣਾ ਬਈ ਉਹਦਾ ਦਿਲ ਦਿਖਾਉਣਾ, ਉਹਨੂੰ ਧਰਨਿਆਂ ਤੇ ਬਿਠਾਉਣਾ, ਬੜਾ ਵੱਡਾ ਪਾਪ ਹੁੰਦਾ। ਇਹਨਾਂ ਉੱਪਰ ਕੀਤਾ ਜ਼ੁਲਮ ਕਦੇ ਮਾਫ ਨਹੀਂ ਹੁੰਦਾ। ਇਹ 13-13 ਤੋਲਣ ਵਾਲੇ
हक सच लई बोलने वाले भेद जगत दे खोलने वाले बाबे नानक दे बच्चे। ए बाजी सिरां दी लाउंदे लाला सेंटर ना जफे अज हवा निकल गई सारी हंकारियां दे पिचक बलून होए होई मेर बाबे नानक दी वापस काले कानून होए होई मेर बाबे नानक दी वापस काले कानून होए। बाई ने अग ला दी गाने दी बाई ने सिरी करता बाई गाणी बड़ा टॉप दा लाया बाई ने चैनल ते केड़े पाया होया हौली बौली बाबा चैनल ते बाई दा गाना पाया होया हौली बौली बाबा शिरे आ बाई दा गाना। मेरा भी जी जा नहीं लगता थी सब तो पहला था सोनू मुबारक तुसी ता पतंदरो जंग जीते लेती मेरा स्वाद ही आ गया गल दा भाई जित के हटे हो बहुत संघर्ष लड़िया भाई तुसी बहुत ओ होर भी अमलिया माल पत्ता दा नहीं मुक्के तेरा ओ भाई जोतो बिना माल पत्ते दी जाली तंगी जी हो रही है ओए ओतो ले आउंदे भाई ओ भाई असि ओतो तेरा माल पत्ता थोड़ू लैन गए थे अस ते उसे जंग लड़न गए सीगे सानू की पता उथे साडे 2 साल होर भी लग जांदे ओ भाई मैं ता सुनया उथे माल सस्ता थी मैं ता सस्ता ता हैगा थी पर असि ता उसे जंग लड़न गए सी ना जंग लड़न गए फिक्र होया पिया सानू तेरा भी फिक्र दी तू नाल चलदा साडे उथे भाई मेरा उथे मेनू ए जी नहीं लगना सी मेनू तेरा फुल लवा के रख दे अमलिया खुश करके रख दे तेनू ओ भाई मैं ता तड़के तो लेके आथन तक सोडे की नहीं देखी गया भाई ट्रेली च कोई डब्बा शब्बा ले आउणगे ओ अमलिया तू डब्बे दी की गल करदा आपां पिंड च पूरा प्रोग्राम रखिया उथे चलावांगे आपां काम ओ भाई फिर मैं ता नालूंगा अज नाल ही महा जिवें मर्जी कर ली तू आपदा भाई मेनू ता डबो के रखियो पर नशे दे फुल रखांगे फुल तेनू फुल काटो पार्टी फिर जंग जितन दी खुशी च कर रहे हो पिंड च है जितन दी है खुशी च पूरा धूम धाम नाल मनावोगे हां फुल ऐन फुल पूरा काम चलूगा क्या बात है भाई मैं ता ऐ डुब जाऊंगा विच ही ओ अमलिया तू भी माड़ा मोटा हिस्सा पा लंदा यार तेरा भी नाम इतिहास दे विच आ जांदा ओ भाई मैं ता बहुत बड़ा हिस्सा पाया अच्छा भाई तै कदा हिस्सा पाया ओ भाई मैं हिस्सा पाया मैं ता ओदे दा नहाया नहीं भी ओदी नहाऊं जिन्ना चिर मोदी काले कानून तेने वापस नहीं लैंदा चल कोई गल नहीं भाई कोई गल नहीं अज ता अमली दे गप भी चलणगे यार खुशी हो इन्नी अज चलणगे भाई चलणगे ओ भाई चल कोई ना हासी मजाक दा गल अड्डी रही पर मेनू इन्ना क जरूर पता थी भी तुसी काले कानून वापस करके मुड़ोगे ओ चल ठीक है अमलिया तू सानू पिंड दी खबर सारदा दिंदा रहा धन्नवाद यार तेरा भी बहुत ओ भाई अज ता मेनू इन्नी खुशी आ भी मोदी मन गया पर मेनू उम्मीद नहीं थी भी मोदी मन जू पर मना के मुड़ियो पतंदरो तुसी ओ अमलिया मोदी ने ता गलत पंगा ले लिया तेनू पता फिर आपां पंजाबी हुंदे आ जिथे खड़ गए ता फिर खड़ गए छो हूं जंग जित ली तुसी पर मेनू ए दसो भी ओथे सोनू नहाउण धोण दा जा कोई पैण दा जा सौण दा किवें प्रबंध रहा फिर ओ अमलिया रहन आला जगाड़ता उत्थे सारे ही बनाता दीगा सड़क ते ला दे टेंट नहाउण आले अड्ड बनाते पैण आले अड्ड बनाते बाकी रही गल ट्रालियां दे विच सत्तां बनातियां पैण पूण दी कोई दिक्कत नहीं सी ना कोई रहन दी दिक्कत सी उत्थे
ਉੱਥੇ ਹੀ ਲਾਤੀ ਫਿਰ ਮਹਿਫਲ ਉੱਥੇ ਹੀ ਲਾਤੀ ਫਿਰ ਬਾਈ ਬਾਬੇ ਨਾਨਕ ਦੀ ਉੱਥੇ ਇੰਨੀ ਕਿਰਪਾ ਰਹੀ ਆ ਉੱਥੇ ਤਾਂ ਕਾਜੂ ਬਦਾਮਾਂ ਦੇ ਲੰਗਰ ਚੱਲਦੇ ਸੀ ਅੱਛਾ ਬਾਈ ਉਹ ਬਾਈ ਜਨ ਤਾਂ ਪੰਜਾਬੀ ਲੈ ਕੇ ਗਏ ਸੀਗੇ ਬਰਾਤ ਤਾਂ ਸਾਰੇ ਭਾਰਤ ਚੋਂ ਆਈ ਸੀਗੀ ਉਹ ਬਾਈ ਫੇਸਬੁੱਕ ਤੇ ਜਨ ਤਾਂ ਮੈਂ ਵੀ ਦੇਖਦਾ ਸੀ ਪੰਜਾਬੀਆਂ ਨੇ ਟਰੈਕਟਰ ਤੇ ਟਰੈਕਟਰ ਚਾੜਦਾ ਸੀ ਬਾਈ ਜਦੋਂ ਮੈਂ ਦੇਖਦਾ ਸੀ ਨਾ ਮੈਨੂੰ ਤਾਂ ਸਵਾਦ ਆਈ ਜਾਂਦਾ ਸੀ ਮੈਂ ਤਾਂ ਸਾਰੀ ਦਿਹਾੜੀ ਫੇਸਬੁੱਕ ਤੇ ਸੋਨੂੰ ਹੀ ਦੇਖੀ ਜਾਂਦਾ ਸੀ ਬਾਈ ਉੱਥੇ ਵੀ ਪੰਜਾਬੀਆਂ ਨੇ ਮੇਲੇ ਲਾ ਰੱਖੇ ਨੇ ਬਾਈ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਗੁੱਸਾ ਨਾ ਤੁਸੀਂ ਮੇਰੀ ਗੱਲ ਦਾ ਕਰਿਓ ਦੇਖ ਲਾ ਧਰਨੇ ਤੋਂ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਲੌਸਮੈਂਟਾਂ ਕਰਵਾਈਆਂ ਸੀ ਵੀ ਗਰੀਬ ਬੰਦੇ ਸਾਡੀ ਵੱਟ ਤੇ ਨਾ ਚੜਨ ਹੁਣ ਦੇਖ ਲਓ ਤੁਹਾਡੇ ਸਾਹਮਣੇ ਦੀ ਗੱਲ ਆ ਤੁਹਾਡੇ ਨਾਲ ਹੱਥ ਤੇ ਹੱਥ ਬਣਾ ਕੇ ਅਸੀਂ ਚੱਲਿਆ ਤੇ ਹੁਣ ਆਹ ਕੰਮ ਨਾ ਕਰ ਦਿਓ ਵੀ ਕਿਤੇ ਗੁਰਦੁਆਰਿਆਂ ਦੇ ਵਿੱਚ ਲੌਸਮੈਂਟਾਂ ਨਾ ਕਰਵਾਇਓ ਵੀ ਸਾਡੀ ਵੱਟ ਤੇ ਗਰੀਬ ਬੰਦਾ ਨਾ ਚੜੇ ਉਹ ਅਮਲੀਆ ਇਹ ਤਾਂ ਗੱਲ ਤੇਰੀ ਸਹੀ ਹੈ ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਕੁਛ ਕੁ ਬੰਦੇ ਹੁੰਦੇ ਨੇ ਜਿਹੜੇ ਇਹੀ ਜਿਹਾ ਘਟੀਆਂ ਹਰਕਤਾਂ ਕਰਦੇ ਨੇਗੇ ਉਹ ਅਮਲੀਆ ਇਹ ਜਿਹੜੀ ਜੰਗ ਆ ਨਾ ਇਹ ਇਕੱਲੀ ਕਿਸਾਨਾਂ ਨੇ ਨਹੀਂ ਜਿੱਤੀ ਹੈਗੀ ਇਹ ਨਾਲ ਮਜ਼ਦੂਰ ਨੇ ਵੀ ਉਹ ਬਾਈ ਗੱਲ ਤੇਰੀ ਸਹੀ ਆ ਤਾਂ ਹੀ ਤਾਂ ਇਹ ਨਾਰਾ ਬਣਾਇਆ ਕਹਿੰਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਉਹ ਬਾਈ ਜਿਵੇਂ ਹੁਣ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਜੰਗ ਜਿੱਤ ਲਈ ਉਹ ਜੇ ਅਸੀਂ ਅਮਲੀ ਸਾਰੇ ਇੱਕਜੁੱਟ ਹੋ ਕੇ ਦਿੱਲੀ ਦੇ ਵਿੱਚ ਧਰਨਾ ਲਾ ਦਈਏ ਉਹ ਬਾਈ ਜੋਡੇ ਵਾਂਗੂ ਸਾਡਾ ਬਿੱਲ ਵੀ ਪਾਸ ਹੋ ਜੂਗਾ ਨਹੀਂ ਬਾਈ ਅੱਜ ਇੱਕ ਦੁੱਖ ਦੀ ਗੱਲ ਵੀ ਆ ਅਤੇ ਖੁਸ਼ੀ ਦੀ ਵੀ ਗੱਲ ਵੀ ਆ ਅਤੇ ਦੇਖ ਲਓ ਉੱਥੇ ਤੁਹਾਡੇ ਧਰਨਿਆਂ ਦੇ ਉੱਤੇ ਕਿਸਾਨਾਂ ਨੇ ਵਿਚਾਰਿਆਂ ਨੇ ਕਿੰਨਿਆਂ ਨੇ ਆਪਦੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਨੇ ਹੈ ਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀਰੇ ਕਿੰਨਾ ਦੁੱਖ ਪਹੁੰਚਿਆ ਹੋਣਾ ਜਦ ਮੈਨੂੰ ਇੱਥੇ ਬੈਠੇ ਨੂੰ ਬਾਈ ਇੰਨਾ ਦੁੱਖ ਪਹੁੰਚ ਸਕਦਾ ਨਾ ਉਹਨਾਂ ਦੇ ਪਰਿਵਾਰਾਂ ਨੂੰ ਕਿੰਨਾ ਦੁੱਖ ਪਹੁੰਚਿਆ ਹੋਣਾ ਅਤੇ ਉਹਨਾਂ ਦੀ ਆਤਮਾ ਨੂੰ ਫੇਰ ਸ਼ਾਂਤੀ ਮਿਲੂਗੀ ਵੀਰੋ ਜੇ ਤੁਸੀਂ ਸਾਰੇ ਏਕਤਾ ਆਪਦੀ ਇਸੇ ਤਰ੍ਹਾਂ ਬਣਾ ਕੇ ਰੱਖੋਗੇ ਅਸੀਂ ਬਾਈ ਅਮਲੀਆ ਤੇਰੀ ਗੱਲ ਨਾਲ ਸਹਿਮਤ ਹਾਂ ਜਿਹੜੇ ਉੱਥੇ ਵੀਰਾਂ ਨੇ ਸ਼ਹੀਦੀ ਦਿੱਤੀ ਆ ਅਸੀਂ ਅੱਜ ਵੀ ਉਹਨਾਂ ਪਰਿਵਾਰਾਂ ਦੇ ਨਾਲ ਆਂਗੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੰਦੇ ਬਾਈ ਫੇਰ ਹੀ ਫਾਇਦਾ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ